ਭਾਈ ਬਕਵਾਸ ਅਸੀਂ ਮਾਰੋ ਮਾਂ ਡੰਡ ਦੇਖਣਾ ਤੁਹਾਨੂੰ ਭਰਾ ਕਿੰਨੇ ਕਿੰਨੇ ਮਾਰਨੇ। ਚਲੋ ਜੀ ਇਹ ਕਿਹੜੇ ਮਾਰੀਏ, ਥੱਲੇ ਰਹਿ ਕੇ ਡੰਡ ਮਾਰੀਏ ਜਾਂ ਇਹਦੇ ਥੱਲੇ ਟੱਪਣ ਵਾਲੀ ਹੋ ਗਈ? ਲਾ 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 ਆਹ ਉਠਾ ਉਹ। ਚਲੋ ਜੀ ਚਲੋ ਮੈਂ ਤੁਹਾਡੇ ਨਾਲ ਮਾਰਨਾ। ਚਲੋ ਸ਼ਾਬਾ 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 ਬਈ ਸ਼ਾਬਾ। ਇਹ ਗਿੰਨੇ ਆਪੇ ਹੀ ਜੇ ਬਾਂ ਡਿੰਗੀ ਕਰ ਰਹੀ ਵੀ ਤਾਂ ਬਾਂ ਡਿੰਗੀ ਕਰ ਰਹੇ ਦੂਸਰੀ ਬਾਂਹ ਤੇ ਸਾਹ ਪਿਆ ਲੈਂਦੇ। ਚਲੋ ਭਲਵਾਨ ਜੀ ਆਏ ਬੱਲੇ ਤੈ ਮਾਰੇ ਨੀ ਭਾਈ ਰੰਦੋ ਮਾਰੇ ਨੀ ਚੈੱਕ ਕਰ ਤੂੰ ਠੀਕ ਏ ਚਲੋ ਜੀ। ਮੈਂ ਤੇ ਹੋਰ ਭਾਈ ਵਿਕਾਸ ਅਸੀਂ ਰਲ ਕੇ ਗੇਮਾਂ ਸ਼ੇਮਾਂ ਲਾਈਆਂ ਨੇ। ਵਿਕਾਸ ਸਾਹਿਬ ਪਾਕਿਸਤਾਨ ਆਸਾਮਾਬਾਦ ਔਰ ਪਿੰਡ ਜੱਗਾਂ ਵਾਲਾ ਉੱਥੋਂ ਬਿਲੋਂਗ ਕਰਦੇ ਨੇ ਅਤੇ ਰਹਿੰਦੇ ਨੇ ਸਪੇਨ ਬਾਰਸਲੋਨਾ। ਅੱਜ ਐਤਵਾਰ ਸੀ ਆਏ ਨੇ ਸਾਡੇ ਕੋਲ ਔਰ ਰਲ ਕੇ ਅਸੀਂ ਦੋਵਾਂ ਭਰਾਵਾਂ ਗੇਮਾਂ ਲਾਈਆਂ ਨੇ। ਬੜਾ ਮਜ਼ਾ ਆਇਆ ਜੀ। ਅਤੇ ਤਰਨ ਸਾਹਿਬ ਦੇ ਬਾਰੇ ਜਿਹੜੇ ਲੋਕ ਗਲਤ ਬੋਲਦੇ ਨੇ ਬਿਲਕੁਲ ਗਲਤ ਹੈ। ਬੜਾ ਸਵਾਦ ਆਇਆ ਭਾਈ ਨਾਲ ਗੇਮ ਲਾ ਕੇ। ਭਾਈ ਦੀ ਗੇਮ ਵੇਟ ਦੀ ਹੈ ਠੀਕ ਹੈ। ਔਰ ਮਾਸ਼ਾਅੱਲਾ ਸਾਡੇ ਸਾਹਮਣੇ ਅੱਜ ਵਿਕਾਸ ਸਾਹਿਬ 130 ਕਿਲੋ ਵੇਟ ਮਾਰਿਆ ਅਤੇ ਬੜਾ ਹੀ ਸਵਾਦ ਆਇਆ ਮਾਸ਼ਾਅੱਲਾ। ਆਏ ਦੇ ਨੌਜਵਾਨ ਜਿਹੜੇ ਭਾਈ ਅੱਜ ਵੀਕ ਵੀ ਹਨ ਕਿਉਂਕਿ ਭਾਈ ਪੰਜਾਬ ਵੀ ਲਾਉਂਦੇ ਰਹੇ ਨੇ, ਅਸੀਂ ਬਾਂਹ ਵੀ ਫੜਦੇ ਰਹੇ ਹਾਂ ਅਤੇ ਔਰ ਫਿਰ ਭਾਈ ਪਰਫਾਰਮ ਕੀਤਾ ਵੇਟ ਅਤੇ ਔਰ ਗੋਡਾ ਜਿਹੜਾ ਉਹ ਵੀ ਮੁੜ ਗਿਆ ਸੀ ਮਾਸ਼ਾਅੱਲਾ ਠੀਕ ਨੇ ਹੁਣ। ਬਾਕੀ ਤੁਹਾਨੂੰ ਵੀ ਯਾਦ ਰੱਖਣਾ ਲਵ ਯੂ ਸੋ ਮੱਚ ਸਾਰਿਆਂ ਭਰਾਵਾਂ ਨੇ ਅਤੇ ਇਨਸ਼ਾਅੱਲਾ ਗੇਮ ਚੁੱਕ ਕੇ ਰੱਖਾਂਗੇ। ਔਰ ਅਪ ਡਾਊਨ ਦਿਨ ਜਿਹੜੇ ਨੇ ਨਾ ਉਹ ਮੈਂ ਅੱਗੇ ਵੀ ਆਖਦਾ ਰਹਿੰਦਾ, ਕੋਈ ਵੀ ਪਲੇਅਰ ਹੈ ਵੀਕ ਵੀ ਹੁੰਦਾ ਰਹਿੰਦਾ ਹੈ, ਸੋ ਮਾਮਲਾਤ ਹੁੰਦੇ ਨੇ। ਬਟ ਸਾਡੀ ਦਿਲੀ ਦੁਆ ਅੱਲਾ ਪਾਕ ਹਰ ਇੱਕ ਸਪੋਰਟਸਮੈਨ ਨੂੰ ਸਿਹਤ ਤੰਦਰੁਸਤੀ ਲੰਬੀ ਜ਼ਿੰਦਗੀ ਔਰ ਢੇਰ ਸਾਰੀਆਂ ਖੁਸ਼ੀਆਂ ਦੇ। ਆਮੀਨ। ਦੁਆ ਚੈੱਕ ਕਰਾਇਆ ਬਾਰੇ ਕੀ ਬਾਤ ਆਕੇ ਜੀ ਲਾਭ ਯਾ।